ਦੋਸਤੋ ਵੈਲਕਮ ਕਰਦੇ ਹਾਂ ਤੁਹਾਡੇ ਪੰਜਾਬ ਜੋਬ ਸਰਚ ਯੂਟਿਊਬ ਚੈਨਲ ਵਿੱਚ। ਅੱਜ ਵਾਲੀ ਵੀਡੀਓ ਵਿੱਚ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਨਵੀਂ ਭਰਤੀ ਆ ਚੁੱਕੀ ਆ। ਬੇਰੁਜ਼ਗਾਰਾਂ ਵਾਸਤੇ 10 ਤਰ੍ਹਾਂ ਦੀਆਂ ਨਵੀਆਂ ਸਰਕਾਰੀ ਨੌਕਰੀਆਂ ਆ ਚੁੱਕੀਆਂ। ਸਭ ਤੋਂ ਵੱਡੀ ਭਰਤੀ ਆ, 2049 ਪੋਸਟਾਂ ਰੱਖੀਆਂ ਗਈਆਂ ਨੇ। ਅਗਰ ਤੁਸੀਂ ਵੀ ਇਹਨਾਂ ਪੋਸਟਾਂ ਬਾਰੇ ਸਾਰੀ ਜਾਣਕਾਰੀ ਲੈਣਾ ਚਾਹੁੰਦੇ ਹੋ, ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਆ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ ਨਵੇਂ ਸਰਕਾਰੀ ਨੌਕਰੀਆਂ, ਸਰਕਾਰੀ ਸਹੂਲਤਾਂ ਦੀ ਸਹੀ ਅਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ। ਅਪਡੇਟ ਦੇ ਉੱਪਰ ਆ ਚੁੱਕੇ ਹਾਂ, ਤੁਸੀਂ ਦੇਖ ਸਕਦੇ ਹੋ SSC ਸਿਲੈਕਸ਼ਨ ਪੋਸਟਾਂ ਦੇ ਵੱਲੋਂ 2049 ਨਵੀਆਂ ਪੋਸਟਾਂ, 2024 ਦੀਆਂ ਪੋਸਟਾਂ ਵਾਸਤੇ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਆ। ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਐਪਲੀਕੇਸ਼ਨ ਫੀਸ ਹੋਵੇਗੀ, ਔਲ ਅਦਰ ਕੈਂਡੀਡੇਟਸ ਵਾਸਤੇ 500 ਰੁਪਇਆ ਫੀਸ ਰੱਖੀ ਗਈ ਆ। SC ST ਬੋਮੈਨ ਸਰਵਿਸਮੈਨ ਵਾਸਤੇ ਕੋਈ ਵੀ ਫੀਸ ਨਹੀਂ ਰੱਖੀ ਗਈ। ਤੁਸੀਂ ਆਪਣੀ ਫੀਸ ਨੂੰ ਔਨਲਾਈਨ ਮੈਥਡ ਨਾਲ ਫੀਸ ਪੇ ਕਰ ਸਕਦੇ ਹੋ। ਜਿਹੜੀ ਤੁਹਾਡੀ ਇੰਪੋਰਟੈਂਟ ਡੇਟਸ ਹੋਵੇਗੀ, ਤੁਸੀਂ 26/2/2024 ਤੋਂ ਲੈ ਕੇ 26/3/2024 ਸ਼ਾਮ ਰਾਤ 11 ਵਜੇ ਤੱਕ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਰ ਸਕਦੇ ਹੋ। ਜਿਹੜੀ ਤੁਹਾਡੀ ਏਜ ਲਿਮਿਟ ਰੱਖੀ ਗਈ ਆ, ਉਹਦੀ ਕਾਊਂਟਿੰਗ 1 ਜਨਵਰੀ 2024 ਤੱਕ ਹੋਵੇਗੀ। ਤੁਸੀਂ 18 ਸਾਲ ਤੋਂ ਲੈ ਕੇ 42 ਸਾਲ ਤੱਕ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਰ ਸਕਦੇ ਹੋ। ਬਾਕੀ ਤੁਸੀਂ ਪੋਸਟਾਂ ਵਾਸਤੇ ਜਿਹੜੀ ਤੁਹਾਡੀ ਯੋਗਤਾ ਰੱਖੀ ਗਈ ਆ, ਮੈਟ੍ਰਿਕ ਲੈਵਲ ਦੀਆਂ ਪੋਸਟਾਂ ਨੇ, +2 ਲੈਵਲ ਦੀਆਂ ਪੋਸਟਾਂ ਨੇ, ਐਨੀ ਡਿਗਰੀ ਲੈਵਲ ਦੀਆਂ ਪੋਸਟਾਂ ਦੇ ਵਿੱਚ ਰੱਖੀਆਂ ਗਈਆਂ ਨੇ। ਤੁਸੀਂ ਪੋਸਟਾਂ ਦੇ ਨਾਮ ਦੇਖ ਸਕਦੇ ਹੋ, ਲੈਬ ਅਟੈਂਡੈਂਟ ਦੀਆਂ ਪੋਸਟਾਂ, ਲੇਡੀ ਮੈਡੀਕਲ ਅਟੈਂਡੈਂਟ ਦੀ ਪੋਸਟਾਂ, ਮੈਡੀਕਲ ਅਟੈਂਡੈਂਟ ਦੀ ਪੋਸਟਾਂ, ਨਰਸਿੰਗ ਆਫਿਸਰ ਦੀਆਂ ਪੋਸਟਾਂ ਨੇ, ਫਾਰਮਾਸਿਸਟ ਦੀ ਪੋਸਟਾਂ, ਫੀਲਡ ਮੈਨ ਦੀ ਪੋਸਟਾਂ, ਡੈਪਟੀ ਰੇਂਜਰ ਦੀਆਂ ਪੋਸਟਾਂ, ਜੂਨੀਅਰ ਟੈਕਨੀਕਲ ਅਸਿਸਟੈਂਟ ਦੀਆਂ ਪੋਸਟਾਂ ਨੇ, ਅਕਾਊਂਟੈਂਟ ਦੀਆਂ ਪੋਸਟਾਂ ਨੇ, ਅਸਿਸਟੈਂਟ ਪਲਾਂਟ ਆਫਿਸਰ ਦੀਆਂ ਪੋਸਟਾਂ ਰੱਖੀਆਂ ਗਈਆਂ ਨੇ। ਟੋਟਲ ਜਿਹੜੀਆਂ ਇਹ 2049 ਪੋਸਟਾਂ ਰੱਖੀਆਂ ਗਈਆਂ ਨੇ। ਤੁਸੀਂ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਿਵੇਂ ਕਰੋਗੇ? ਤੁਹਾਨੂੰ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਦਾ ਲਿੰਕ ਮੇਰੇ ਵਟਸਐਪ ਚੈਨਲ ਦੇ ਵਿੱਚ ਮਿਲ ਜਾਵੇਗਾ। ਵਟਸਐਪ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਉੱਥੇ ਖੁਦ ਘਰ ਬੈਠੇ ਤੁਸੀਂ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਰ ਸਕਦੇ ਹੋ। ਬਾਕੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਪਹਿਲਾਂ ਫ੍ਰੀ ਅਤੇ ਸਮੇਂ ਸਿਰ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ, ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਏ ਬਾਏ, ਜੈ ਹਿੰਦ।